ਸਤਿ ਸ਼੍ਰੀ ਅਕਾਲ ਲੁਧਿਆਣਾ ਟਾਈਮ ਸਿੱਖ ਰਹੇ ਤੁਸੀਂ, ਮੈਂ ਹਾਂ ਪ੍ਰਵੀਨ ਕੌਰ। ਪੰਜਾਬੀ ਫਿਲਮਾਂ ਦੀ ਗੁਲਾਬੋ ਮਾਸੀ, ਜਿਸ ਨੂੰ ਕਿ ਬਹੁਤ ਪਿਆਰ ਦਿੱਤਾ ਜਾਂਦਾ ਹੈ। ਜੇਕਰ ਗੱਲਬਾਤ ਕੀਤੀ ਜਾਵੇ ਪੰਜਾਬੀ ਫਿਲਮਾਂ ਦੇ ਕਿਰਦਾਰਾਂ ਦੀ, ਤਾਂ ਹਰ ਇੱਕ ਕਿਰਦਾਰ ਆਪਣੀ ਖੂਬਸੂਰਤੀ ਲੈ ਕੇ ਆਉਂਦਾ ਹੈ। ਪਰ ਪੰਜਾਬੀ ਫਿਲਮਾਂ ਜਿਹੜੀਆਂ ਕਿ ਅਧੂਰੀਆਂ ਰਹਿ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚ ਕਿ ਨਿਰਮਲ ਰਿਸ਼ੀ ਦਾ ਰੋਲ ਦੇਖਣ ਨੂੰ ਨਹੀਂ ਮਿਲਦਾ, ਦਾਦੀ ਦਾ ਰੋਲ ਹੋਵੇ, ਅਣਬ ਬੇਬੇ ਦਾ ਰੋਲ ਹੋਵੇ, ਗੁਲਾਬੋ ਮਾਸੀ ਦਾ ਰੋਲ ਹੋਵੇ, ਜਿਸ ਕਿਸੇ ਦੇ ਵਿੱਚ ਵੀ ਨਿਰਮਲ ਰਿਸ਼ੀ ਦਾ ਕਿਰਦਾਰ ਦੇਖਣ ਨੂੰ ਮਿਲ ਜਾਂਦਾ, ਤਾਂ ਫਿਲਮ ਨੂੰ ਚਾਰ ਚੰਦ ਲੱਗ ਜਾਂਦੇ ਨੇ। ਚਾਰ ਦਹਾਕਿਆਂ ਤੋਂ ਕੰਮ ਕਰਦੇ ਆ ਰਹੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਨਿਰਮਲ ਰਿਸ਼ੀ ਨੂੰ ਅੱਜ ਇੰਨਾ ਸਮਾਂ ਹੋ ਗਿਆ, 80 ਸਾਲ ਦੀ ਉਮਰ ਦੇ ਵਿੱਚ ਆ ਕੇ ਅੱਜ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਨਵਾਜਿਆ ਗਿਆ। ਤੁਹਾਡੇ ਨਾਲ ਖੂਬਸੂਰਤ ਤਸਵੀਰਾਂ ਵੀ ਸਾਂਝੀਆਂ ਕਰਦੇ ਹਾਂ, ਪਰ ਦੱਸ ਦਈਏ ਕਿ ਨਿਰਮਲ ਰਿਸ਼ੀ, ਜਿਸ ਨੇ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਆਪਣਾ ਖੂਬ ਨਾਮ ਕਮਾਇਆ ਹੈ, ਅਤੇ ਲੌਂਗ ਲਾਚੀ ਵਰਗੀ ਫਿਲਮਾਂ ਔਰ ਬਹੁਤ ਸਾਰੀਆਂ ਇਹੋ ਜਿਹੀਆਂ ਫਿਲਮਾਂ, ਨਿੱਕਾ ਜ਼ੈਲਦਾਰ, ਜਿਨ੍ਹਾਂ ਦੇ ਵਿੱਚ ਕਿ ਉਹਨਾਂ ਨੇ ਆਪਣਾ ਰੋਲ ਜਿਹੜਾ ਖੂਬਸੂਰਤੀ ਦੇ ਨਾਲ ਨਿਭਾਇਆ ਹੈ, ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰਦੇ। ਦੱਸ ਦਈਏ ਕਿ ਨਿਰਮਲ ਰਿਸ਼ੀ ਨੇ 1983 ਦੇ ਵਿੱਚ ਲੌਂਗ ਦਾ ਲਿਸ਼ਕਾਰਾ 'ਚ ਗੁਲਾਬੋ ਮਾਸੀ ਦੀ ਭੂਮਿਕਾ ਦੇ ਨਾਲ ਮਸ਼ਹੂਰ ਹੋਈ ਸੀ। ਨਿਰਮਲ ਰਿਸ਼ੀ ਲਗਭਗ 40 ਸਾਲਾਂ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਲੋਕਾਂ ਦਾ ਮਨੋਰੰਜਨ ਕਰ ਰਹੇ ਨੇ। ਲੌਂਗ ਦਾ ਲਿਸ਼ਕਾਰਾ, ਉੱਚਾ ਦਰ ਬਾਬੇ ਨਾਨਕ ਦਾ, ਗੋਡੇ ਗੋਡੇ ਚਾਹ, ਅੰਗਰੇਜ਼, ਨਿੱਕਾ ਜੈਲਦਾਰ ਅਤੇ ਨਿੱਕਾ ਜੈਲਦਾਰ 2 ਵਰਗੀਆਂ ਸੁਪਰ ਹਿੱਟ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ, ਅਤੇ ਅੱਜ ਜਦੋਂ ਇਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ, ਤਾਂ ਹਰ ਇੱਕ ਪੰਜਾਬੀ ਮਾਣ ਵੀ ਮਹਿਸੂਸ ਕਰ ਰਿਹਾ। ਸਤਿ ਸ਼੍ਰੀ ਅਕਾਲ ਲੁਧਿਆਣਾ ਟਾਈਮ ਸਿੱਖ ਰਹੇ ਤੁਸੀਂ, ਮੈਂ ਹਾਂ ਪ੍ਰਵੀਨ ਕੌਰ। ਪੰਜਾਬੀ ਫਿਲਮਾਂ ਦੀ ਗੁਲਾਬੋ ਮਾਸੀ, ਜਿਸ ਨੂੰ ਕਿ ਬਹੁਤ ਪਿਆਰ ਦਿੱਤਾ ਜਾਂਦਾ ਹੈ। ਜੇਕਰ ਗੱਲਬਾਤ ਕੀਤੀ ਜਾਵੇ ਪੰਜਾਬੀ ਫਿਲਮਾਂ ਦੇ ਕਿਰਦਾਰਾਂ ਦੀ, ਤਾਂ ਹਰ ਇੱਕ ਕਿਰਦਾਰ ਆਪਣੀ ਖੂਬਸੂਰਤੀ ਲੈ ਕੇ ਆਉਂਦਾ ਹੈ। ਪਰ ਪੰਜਾਬੀ ਫਿਲਮਾਂ ਜਿਹੜੀਆਂ ਕਿ ਅਧੂਰੀਆਂ ਰਹਿ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚ ਕਿ ਨਿਰਮਲ ਰਿਸ਼ੀ ਦਾ ਰੋਲ ਦੇਖਣ ਨੂੰ ਨਹੀਂ ਮਿਲਦਾ, ਦਾਦੀ ਦਾ ਰੋਲ ਹੋਵੇ, ਅਣਬ ਬੇਬੇ ਦਾ ਰੋਲ ਹੋਵੇ, ਗੁਲਾਬੋ ਮਾਸੀ ਦਾ ਰੋਲ ਹੋਵੇ, ਜਿਸ ਕਿਸੇ ਦੇ ਵਿੱਚ ਵੀ ਨਿਰਮਲ ਰਿਸ਼ੀ ਦਾ ਕਿਰਦਾਰ ਦੇਖਣ ਨੂੰ ਮਿਲ ਜਾਂਦਾ, ਤਾਂ ਫਿਲਮ ਨੂੰ ਚਾਰ ਚੰਦ ਲੱਗ ਜਾਂਦੇ ਨੇ। ਚਾਰ ਦਹਾਕਿਆਂ ਤੋਂ ਕੰਮ ਕਰਦੇ ਆ ਰਹੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਨਿਰਮਲ ਰਿਸ਼ੀ ਨੂੰ ਅੱਜ ਇੰਨਾ ਸਮਾਂ ਹੋ ਗਿਆ, 80 ਸਾਲ ਦੀ ਉਮਰ ਦੇ ਵਿੱਚ ਆ ਕੇ ਅੱਜ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਨਵਾਜਿਆ ਗਿਆ। ਤੁਹਾਡੇ ਨਾਲ ਖੂਬਸੂਰਤ ਤਸਵੀਰਾਂ ਵੀ ਸਾਂਝੀਆਂ ਕਰਦੇ ਹਾਂ, ਪਰ ਦੱਸ ਦਈਏ ਕਿ ਨਿਰਮਲ ਰਿਸ਼ੀ, ਜਿਸ ਨੇ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਆਪਣਾ ਖੂਬ ਨਾਮ ਕਮਾਇਆ ਹੈ, ਅਤੇ ਲੌਂਗ ਲਾਚੀ ਵਰਗੀ ਫਿਲਮਾਂ ਔਰ ਬਹੁਤ ਸਾਰੀਆਂ ਇਹੋ ਜਿਹੀਆਂ ਫਿਲਮਾਂ, ਨਿੱਕਾ ਜ਼ੈਲਦਾਰ, ਜਿਨ੍ਹਾਂ ਦੇ ਵਿੱਚ ਕਿ ਉਹਨਾਂ ਨੇ ਆਪਣਾ ਰੋਲ ਜਿਹੜਾ ਖੂਬਸੂਰਤੀ ਦੇ ਨਾਲ ਨਿਭਾਇਆ ਹੈ, ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰਦੇ। ਦੱਸ ਦਈਏ ਕਿ ਨਿਰਮਲ ਰਿਸ਼ੀ ਨੇ 1983 ਦੇ ਵਿੱਚ ਲੌਂਗ ਦਾ ਲਿਸ਼ਕਾਰਾ 'ਚ ਗੁਲਾਬੋ ਮਾਸੀ ਦੀ ਭੂਮਿਕਾ ਦੇ ਨਾਲ ਮਸ਼ਹੂਰ ਹੋਈ ਸੀ। ਨਿਰਮਲ ਰਿਸ਼ੀ ਲਗਭਗ 40 ਸਾਲਾਂ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਲੋਕਾਂ ਦਾ ਮਨੋਰੰਜਨ ਕਰ ਰਹੇ ਨੇ। ਲੌਂਗ ਦਾ ਲਿਸ਼ਕਾਰਾ, ਉੱਚਾ ਦਰ ਬਾਬੇ ਨਾਨਕ ਦਾ, ਗੋਡੇ ਗੋਡੇ ਚਾਹ, ਅੰਗਰੇਜ਼, ਨਿੱਕਾ ਜੈਲਦਾਰ ਅਤੇ ਨਿੱਕਾ ਜੈਲਦਾਰ 2 ਵਰਗੀਆਂ ਸੁਪਰ ਹਿੱਟ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ, ਅਤੇ ਅੱਜ ਜਦੋਂ ਇਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ, ਤਾਂ ਹਰ ਇੱਕ ਪੰਜਾਬੀ ਮਾਣ ਵੀ ਮਹਿਸੂਸ ਕਰ ਰਿਹਾ। ਸਤਿ ਸ਼੍ਰੀ ਅਕਾਲ ਲੁਧਿਆਣਾ ਟਾਈਮ ਸਿੱਖ ਰਹੇ ਤੁਸੀਂ, ਮੈਂ ਹਾਂ ਪ੍ਰਵੀਨ ਕੌਰ। ਪੰਜਾਬੀ ਫਿਲਮਾਂ ਦੀ ਗੁਲਾਬੋ ਮਾਸੀ, ਜਿਸ ਨੂੰ ਕਿ ਬਹੁਤ ਪਿਆਰ ਦਿੱਤਾ ਜਾਂਦਾ ਹੈ। ਜੇਕਰ ਗੱਲਬਾਤ ਕੀਤੀ ਜਾਵੇ ਪੰਜਾਬੀ ਫਿਲਮਾਂ ਦੇ ਕਿਰਦਾਰਾਂ ਦੀ, ਤਾਂ ਹਰ ਇੱਕ ਕਿਰਦਾਰ ਆਪਣੀ ਖੂਬਸੂਰਤੀ ਲੈ ਕੇ ਆਉਂਦਾ ਹੈ। ਪਰ ਪੰਜਾਬੀ ਫਿਲਮਾਂ ਜਿਹੜੀਆਂ ਕਿ ਅਧੂਰੀਆਂ ਰਹਿ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚ ਕਿ ਨਿਰਮਲ ਰਿਸ਼ੀ ਦਾ ਰੋਲ ਦੇਖਣ ਨੂੰ ਨਹੀਂ ਮਿਲਦਾ, ਦਾਦੀ ਦਾ ਰੋਲ ਹੋਵੇ, ਅਣਬ ਬੇਬੇ ਦਾ ਰੋਲ ਹੋਵੇ, ਗੁਲਾਬੋ ਮਾਸੀ ਦਾ ਰੋਲ ਹੋਵੇ, ਜਿਸ ਕਿਸੇ ਦੇ ਵਿੱਚ ਵੀ ਨਿਰਮਲ ਰਿਸ਼ੀ ਦਾ ਕਿਰਦਾਰ ਦੇਖਣ ਨੂੰ ਮਿਲ ਜਾਂਦਾ, ਤਾਂ ਫਿਲਮ ਨੂੰ ਚਾਰ ਚੰਦ ਲੱਗ ਜਾਂਦੇ ਨੇ। ਚਾਰ ਦਹਾਕਿਆਂ ਤੋਂ ਕੰਮ ਕਰਦੇ ਆ ਰਹੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਨਿਰਮਲ ਰਿਸ਼ੀ ਨੂੰ ਅੱਜ ਇੰਨਾ ਸਮਾਂ ਹੋ ਗਿਆ, 80 ਸਾਲ ਦੀ ਉਮਰ ਦੇ ਵਿੱਚ ਆ ਕੇ ਅੱਜ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਨਵਾਜਿਆ ਗਿਆ। ਤੁਹਾਡੇ ਨਾਲ ਖੂਬਸੂਰਤ ਤਸਵੀਰਾਂ ਵੀ ਸਾਂਝੀਆਂ ਕਰਦੇ ਹਾਂ, ਪਰ ਦੱਸ ਦਈਏ ਕਿ ਨਿਰਮਲ ਰਿਸ਼ੀ, ਜਿਸ ਨੇ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਆਪਣਾ ਖੂਬ ਨਾਮ ਕਮਾਇਆ ਹੈ, ਅਤੇ ਲੌਂਗ ਲਾਚੀ ਵਰਗੀ ਫਿਲਮਾਂ ਔਰ ਬਹੁਤ ਸਾਰੀਆਂ ਇਹੋ ਜਿਹੀਆਂ ਫਿਲਮਾਂ, ਨਿੱਕਾ ਜ਼ੈਲਦਾਰ, ਜਿਨ੍ਹਾਂ ਦੇ ਵਿੱਚ ਕਿ ਉਹਨਾਂ ਨੇ ਆਪਣਾ ਰੋਲ ਜਿਹੜਾ ਖੂਬਸੂਰਤੀ ਦੇ ਨਾਲ ਨਿਭਾਇਆ ਹੈ,
ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰਦੇ ਹਾਂ। ਦੱਸ ਦਈਏ ਕਿ ਨਿਰਮਲ ਰਿਸ਼ੀ ਨੇ 1983 ਦੇ ਵਿੱਚ ਲੌਂਗ ਦਾ ਲਿਸ਼ਕਾਰਾ 'ਚ ਗੁਲਾਬੋ ਮਾਸੀ ਦੀ ਭੂਮਿਕਾ ਦੇ ਨਾਲ ਮਸ਼ਹੂਰ ਹੋਈ ਸੀ। ਨਿਰਮਲ ਰਿਸ਼ੀ ਲਗਭਗ 40 ਸਾਲਾਂ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਲੋਕਾਂ ਦਾ ਮਨੋਰੰਜਨ ਕਰ ਰਹੇ ਨੇ। ਲੌਂਗ ਦਾ ਲਿਸ਼ਕਾਰਾ ਉੱਚਾ ਦਰ ਬਾਬੇ ਨਾਨਕ ਦਾ, ਗੋਡੇ ਗੋਡੇ ਚਾਹ, ਅੰਗਰੇਜ਼, ਨਿੱਕਾ ਜੈਲਦਾਰ ਅਤੇ ਨਿੱਕਾ ਜੈਲਦਾਰ 2 ਵਰਗੀਆਂ ਸੁਪਰ ਹਿੱਟ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਅਤੇ ਅੱਜ ਜਦੋਂ ਇਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਹਰ ਇੱਕ ਪੰਜਾਬੀ ਮਾਣ ਵੀ ਮਹਿਸੂਸ ਕਰ ਰਿਹਾ।